ਅੱਜ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਮੈਡਮ ਦਵਿੰਦਰ ਢਿੱਲੋਂ ਜੀ ਦੇ ਨਾਲ, ਜੋ ਕਿ ਰਹਿੰਦੇ ਤਾਂ ਨਿਊਜ਼ੀਲੈਂਡ ਨੇ ਪਰ ਦਿਲ ਤੋਂ ਪੰਜਾਬੀ ਨੇ ਅਤੇ ਹਮੇਸ਼ਾ ਹੀ ਪੰਜਾਬੀਅਤ ਦੇ ਭਲੇ ਲਈ ਅੱਗੇ ਰਹਿੰਦੇ ਨੇ। ਮੈਡਮ ਦਵਿੰਦਰ ਢਿੱਲੋਂ ਜੀ ਵੱਲੋਂ ਹਮੇਸ਼ਾ ਹੀ ਲੋਕ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿੱਤਾ ਜਾਂਦਾ ਹੈ ਅਤੇ ਉਹ ਹਮੇਸ਼ਾ ਹੀ ਦੀਨ ਦੁਖੀਆਂ ਦੀ ਸਹਾਇਤਾ ਲਈ ਹਮੇਸ਼ਾ ਤਿਆਰ ਰਹਿੰਦੇ ਨੇ। ਮੈਡਮ ਦਵਿੰਦਰ ਢਿੱਲੋਂ ਜੀ ਵੱਲੋਂ ਪੰਜਾਬ, ਪਾਕਿਸਤਾਨ ਅਤੇ ਹੋਰ ਵੱਖ ਵੱਖ ਦੇਸ਼ਾਂ ਵਿੱਚ ਆਪਣੀ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। ਸਾਡੀ ਟੀਮ ਨੇ ਮੈਡਮ ਦਵਿੰਦਰ ਢਿੱਲੋਂ ਜੀ ਨਾਲ ਗੱਲਬਾਤ ਕੀਤੀ, ਜਿਨ੍ਹਾਂ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਖਾਲਸੇ ਦੇ ਜਨਮ ਦਿਨ ਵਿਸਾਖੀ 'ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਅਤੇ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਕਲਗੀਧਰ ਪਾਤਸ਼ਾਹ ਨੇ ਸਾਨੂੰ ਬੜਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਿਖਾਇਆ, ਬੜਾ ਅਣਖ ਦੇ ਨਾਲ ਰਹਿਣਾ ਸਿਖਾਇਆ। ਜਿਹੜੇ ਅਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਪੰਜਾਬੀ ਬੜੇ ਅਣਖ ਦੇ ਨਾਲ ਰਹਿੰਦੇ ਹਾਂ, ਅਸੀਂ ਆਪਣੇ ਦੇ ਨਾਂ ਦੇ ਪਿੱਛੇ ਸਿੰਘ ਜਾਂ ਕੌਰ ਲਾਉਂਦੇ ਹਾਂ, ਉਹ ਸਾਡੇ ਕਲਗੀਧਰ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਅਤੇ ਅਸੀਂ ਬੜੇ ਪ੍ਰਾਊਡ ਹਾਂ ਇਸ ਗੱਲ 'ਤੇ ਕਿ ਸਾਡੇ ਸਤਿਗੁਰਾਂ ਨੇ ਸਾਨੂੰ ਕਿੱਡੇ ਕਿੱਡੇ ਕਿੱਦਾਂ ਦੇ ਸਾਨੂੰ ਉਹਨਾਂ ਨੇ ਸੰਸਕਾਰ ਦਿੱਤੇ ਆ ਕਿ ਜਿਨ੍ਹਾਂ ਨੂੰ ਲੈ ਕੇ ਅਸੀਂ ਆਪਣੀ ਜ਼ਿੰਦਗੀ ਬੜੀ ਵਧੀਆ ਚੜ੍ਹਦੀ ਕਲਾ ਦੇ ਵਿੱਚ ਬੀਤ ਬਿਤਾਉਂਦੇ ਹਾਂ। ਬੇਸ਼ੱਕ ਹਨੇਰੀਆਂ ਆਉਂਦੀਆਂ ਆ, ਝੱਖੜ ਝੁੱਲਦੇ ਆ, ਤੂਫਾਨ ਵੀ ਆਉਂਦੇ ਆ, ਮੁਸੀਬਤਾਂ ਵੀ ਆਉਣੀਆਂ, ਪਰ ਸਾਡੇ ਪਾਤਸ਼ਾਹ ਨੇ ਸਾਨੂੰ ਦੱਸਿਆ ਨਾ, ਸਾਨੂੰ ਇਹ ਗੁੜਤੀ ਦਿੱਤੀ ਆ ਕਿ ਅਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਅਤੇ ਚੜ੍ਹਦੀ ਕਲਾ ਵਿੱਚ ਹੀ ਰਹਾਂਗੇ। ਤੇ ਸ਼ਿਵਾ ਵਰ ਮੋਹੇ ਹੇ ਸ਼ੁਭ ਕਰ ਮਨਸੇ ਕਾਬੂ ਨਾ ਡਰੂੰ, ਨਾ ਡਰੂੰ ਅਰ ਸਿਉਂ ਜਬ ਜਾਏ ਲਰੂੰ, ਨਿਸ਼ਚੈ ਕਰ ਆਪਣੀ ਜੀਤ ਕਰੂੰ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਮੈਡਮ ਢਿੱਲੋਂ ਵੱਲੋਂ ਵਿਸਾਖੀ ਦੀਆਂ ਵੰਸ ਅਗੇਨ ਬਹੁਤ ਸਾਰੀਆਂ ਵਧਾਈਆਂ, ਐਂਡ ਸਾਰਿਆਂ ਨੂੰ ਕਲਗੀਆਂ ਵਾਲੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ। ਓਕੇ ਜੀ, ਬਾਏ।